ना बस हाँ तो अब नहीं खेलेगा, तू चला मोबाइल मेरा नवे गुस्सा। साल दिया सारे आने बहुत बहुत मुबारक अरदास ते उम्मीद के 2023 सारे लिए खुशियां खेड़े तरक्कियां ते तंदुरुस्तियां लेके आवे। चुप करा दो। 2023 दे विच पंजाब ਤਰੂ ਤਾਰੇ ਵਾਂਗ ਚਮਕੇ ਕਰਵਾਤਾ ਕਰਵਾਤਾ ਜਿਵੇਂ ਪਹਿਲਾਂ ਰਾਤ ਸੇਰਾ ਪੰਜਾਬ ਰਿਹਾ ਦੇਸ਼ ਲਈ ਉਸੇ ਤਰ੍ਹਾਂ ਫਿਰ ਰਾਤ ਸੇਰਾ ਪੰਜਾਬ ਹੁਣ ਵਿਕਾਸ ਦੇ ਰਾਹ 'ਤੇ ਚੱਲ ਕੇ ਬਣੇ। ਮੇਰੇ ਕੈਬਨਿਟ ਦੇ ਸਾਥੀ ਅਭੀ ਖਜ਼ਾਨਾ ਆ ਗਿਆ ਪ੍ਰਭਾਤ ਚੀਮਾ ਜੀ ਕਰਵਾਇਆ ਲੋਕਲ ਗਵਰਨਮੈਂਟ ਅਤੇ ਅਰਬਨ ਡਿਵੈਲਪਮੈਂਟ ਮਿਨਿਸਟਰ अमन अरोड़ा जी और संगरूर तो यूथ लिए आइकन बन चुकी वरिंदर कौर पराज MLA साढ़े गुरमेल सिंह जी जेडे के MP जी टिकट से लड़ चुके ने। बाबा जी जो अनीता साहब के प्रबंधन को देखते ने। DC साहब जो प्रशासन चला रहे ने संगरूर बड़े गंभीर मुद्दे ते अज बोलना पै रहा है इस करके अनिल ने बाला ना हिलवाई काफी कोशिश कीतिया इंतजार भी कीता बाला ना हिलवाई कि शायद गल बन जाए पर अज मैं दस्तावेज समेत आया। कुछ लोग ऐसे ने जो गल नहीं बन देना चाहते जो नहीं चाहते विकास होवे जो नहीं चाहते कि आम घर दे धिया पुत पढ़ लिख के अफसर बन जान डॉक्टर बन जान। संत अतर सिंह स्टेट इंस्टीट्यूट ऑफ मेडिकल साइंसेज मस्तूणा साहब जिथे अपन बैठे टोटल 460 करोड़ रुपए का प्रोजेक्ट है। मैं सारा डिटेल देने 25 एकड़ लैंड जी है वो अंगीठा साहब गुरुद्वारा साहब के ट्रस्ट ने सामने दी। 460 बेड ने हॉस्पिटल 330 पहले साल से बाकी जो सैकेंड ईयर स्थापित होने 23/5/2022 23 मई 2022 रजिस्ट्री डिपार्टमेंट ऑफ मेडिकल रिसर्च एंड एजुकेशन के नाते होगी। डॉक्टर विशाल चोपड़ा नू असी डायरेक्टर प्रिंसीपल ऑफ दिस इंस्टीट्यूट अपॉइंट भी करता 1/7/2022 5/8/2022 इतने तुसी सी ही कैमरे सी तुहाडे ते अपां ने ਇਹ ਐਲਾਨ ਕਰਤਾ ਕਿ ਪਹਿਲਾ ਸਮੈਸਟਰ 1 ਮਾਰਚ ਤੋਂ ਸ਼ੁਰੂ ਹੋਊਗਾ। ਉਸ ਤੋਂ ਬਾਅਦ ਅਸੀਂ ਅਪਰੂਵਲ ਵਾਸਤੇ ਇੱਕ ਐਪਲੀਕੇਸ਼ਨ ਸੰਤ ਅਤਰ ਸਿੰਘ ਸਟੇਟ ਇੰਸਟੀਟਿਊਟ ਆਫ ਮੈਡੀਕਲ ਸਾਇੰਸਿਸ ਮਸਤੂਣਾ ਸਾਹਿਬ ਅਸੀਂ ਸਬਮਿਟ ਕਰਤੀ ਨੈਸ਼ਨਲ ਮੈਡੀਕਲ ਕੌਂਸਲ ਦੇ ਵਿੱਚ ਕਮਿਸ਼ਨ ਦੇ ਵਿੱਚ NMC ਦੇ ਵਿੱਚ ਅਸੀਂ 9/8/2022 ਨੂੰ 100 MBBS ਸੀਟਾਂ ਵਾਸਤੇ ਅਸੀਂ ਅਪਰੂਵ ਕਰਕੇ ਇੱਥੋਂ ਭੇਜ ਦਿੱਤਾ। ਇਸ ਤੋਂ ਬਾਅਦ ਕੀ ਹੁੰਦਾ SGPC ਵਿੱਚ ਆਉਂਦੀ ਹੈ। SGPC 23/8/2022 ਨੂੰ ਸਟੇ ਲੈ ਲੈਂਦੀ ਹੈ ਕਹਿੰਦੇ ਜ਼ਮੀਨ ਸਾਡੀ ਹੈ ਇਹ ਦਾਨ 'ਚ ਨਹੀਂ ਦਿੱਤੀ ਜਾ ਸਕਦੀ ਜਾਂ ਇਸ ਤਰ੍ਹਾਂ ਦਾ ਉਹਨਾਂ ਨੇ ਕੋਈ ਪੁਆਇੰਟ ਰੱਖਿਆ। ਤਰੀਕ 'ਤੇ ਤਰੀਕ ਪੈਂਦੀ ਗਈ। ਅਸੀਂ ਵੀ ਆਪਣੇ ਵੱਲੋਂ ਵਕੀਲ ਭੇਜਦੇ ਗਏ ਕੋਸ਼ਿਸ਼ਾਂ ਵੀ ਕਰਦੇ ਰਹੇ ਕਿ ਬਣ ਲੈਣ ਦਿਓ ਨਹੀਂ ਜੀ। ਹੁਣ ਜਿਹੜੀ ਅਗਲੀ ਡੇਟ ਆ ਉਹ ਪੈ ਰਿਹਾ ਕਿ ਹੁਣ ਤੱਕ ਜੇ ਉਹ ਕਿਤੇ ਸੱਚੀ ਨੀਅਤ ਹੁੰਦੀ ਉਹਨਾਂ ਦੀ ਤਾਂ 70% ਕਾਲਜ ਬਣਾਇਆ ਹੁੰਦਾ ਸੀ ਤੇ 1 ਮਾਰਚ ਨੂੰ ਚੱਲਿਆ ਹੋਣਾ ਸੀ ਪਹਿਲਾ ਸਮੈਸਟਰ। ਹੁਣ ਸਾਡਾ ਪਹਿਲਾ ਸਮੈਸਟਰ ਇਹਨਾਂ ਨੇ ਖਤਮ ਕਰ ਦਿੱਤਾ। ਤੁਹਾਨੂੰ ਯਾਦ ਹੋਣਾ ਉਸ ਦਿਨ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਵੀ ਪਰਮਿੰਦਰ ਢੀਂਡਸਾ ਕਹਿੰਦਾ ਵੀ
ਬਣਨਾ ਨਹੀਂ ਵੀ ਬਣਨਾ ਨਹੀਂ ਸਹੀ ਗੱਲ ਸੀ ਉਹਨਾਂ ਨੂੰ ਪਤਾ ਸੀ ਅਸੀਂ ਬਣਨ ਦੇਣਾ ਨਹੀਂ ਇਹ ਨਹੀਂ ਚਾਹੁੰਦੇ ਕਿ ਸਾਡੇ ਇਲਾਕੇ ਦੇ ਲੋਕ ਪੜ੍ਹ ਲਿਖ ਜਾਣ ਸਾਡੇ ਇਲਾਕੇ ਦੇ ਬੱਚੇ ਪੜ੍ਹ ਲਿਖ ਜਾਣ ਲੋਕ ਇਨ ਢੀਂਡਸਾ ਪਰਿਵਾਰ ਨੂੰ ਬੁਰੀ ਤਰ੍ਹਾਂ ਹਰਾਇਆ ਸੰਗਰੂਰ ਦੇ ਲੋਕਾਂ ਨੇ ਉਹ ਹਾਰ ਦਾ ਬਦਲਾ ਲੈਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਜਵਾਕਾਂ ਨੂੰ ਪੜ੍ਹ ਨਹੀਂ ਦੇਣਾ ਬਹੁਤ ਸਾਰੇ ਪਿੰਡਾਂ ਦੇ ਬਾਹਰ ਬੈਠੇ ਨੇ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਨੇ ਧਰਨਾ ਲਾਇਆ ਕਿ ਜੀ ਕਾਲਜ ਬਣ ਲੈਣ ਦਿਓ ਰੋਕੋ ਨਾ ਧਰਨਾ ਤੁਸੀਂ ਰਿਵਰਸ ਤਰੀਕੇ ਨਾਲ ਦੇਖਦੇ ਹੋਵੋਗੇ ਜੀ ਕੰਮ ਕਰਾ ਦਿਓ ਸਾਡਾ ਇੱਥੇ ਲੋਕ ਕਹਿੰਦੇ ਕੰਮ ਹੋ ਲੈਣ ਦਿਓ ਜੀ ਕੌਣ ਜ਼ਿੰਮੇਵਾਰ ਹੈ ਤਿੰਨ ਸੌ ਪਰਿਵਾਰ ਮੈਂ ਨਾਮ ਲੈ ਕੇ ਕਹਿ ਰਿਹਾ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਮਸਤੂਆਣਾ ਸਾਹਿਬ ਦੇ ਵਿੱਚ ਸਾਡਾ ਕਬਜ਼ਾ ਹੈ ਜੇ ਕੋਈ ਹੋਰ ਇੱਥੇ ਆ ਗਿਆ ਇੱਥੇ ਤਾਂ ਰੁਜ਼ਗਾਰ ਮਿਲੂਗਾ ਲੋਕਾਂ ਨੂੰ ਇਹ ਤਾਂ ਡਾਕਟਰਾਂ ਦੇ ਰਹਿਣ ਵਾਸਤੇ ਅਕੋਮੋਡੇਸ਼ਨ ਸੰਗਰੂਰ ਇੰਨਾ ਡਿਵੈਲਪ ਹੋ ਜੂਗਾ ਇੱਥੇ 300 ਬੈੱਡ ਦਾ ਹਸਪੀਟਲ ਨਾਲ ਬਣਾਉਣਾ ਪੈਂਦਾ ਕਲੋਜ਼ ਹੈ ਆਪਣਾ ਜਿਹੜਾ ਸਿਵਲ ਹਸਪੀਟਲ ਉਹ ਅਪਗ੍ਰੇਡ ਹੋ ਜੂਗਾ ਨਰਸਿੰਗ ਕਾਲਜ ਵਾਸਤੇ ਅਸੀਂ ਸਾਰਾ ਕੁਛ ਪੈਸੇ ਜਾਰੀ ਮੇਰੇ ਕੋਲ ਪੈਸਿਆਂ ਦੀ ਲਿਸਟ ਵੀ ਹੈ ਕਿੰਨੇ ਜਾਰੀ ਕਰਤੇ ਅਸੀਂ 7,80,00,000 97,000 ਜਿਹੜਾ ਨਰਸਿੰਗ ਕਾਲਜ ਵਾਸਤੇ ਜਾਰੀ ਕਰਤਾ ਜੀ ਅਪਰੂਵਡ ਫਿਰ ਜੀ ਅਸੀਂ 49,98,76,000 ਰੁਪਈਆ ਬੋਇਜ਼ ਐਂਡ ਗਰਲਜ਼ ਹੋਸਟਲ ਇਸ ਕਾਲਜ ਦੇ ਵਿੱਚ ਉਹਦੇ ਵਾਸਤੇ ਜਾਰੀ ਕਰਤਾ ਬਟ ਕੀ ਲਿਖਿਆ ਹੋਇਆ ਅਪਰੂਵਲ ਪੈਂਡਿੰਗ ਡਿਊ ਟੂ ਸਟੇ ਇਹਨਾਂ ਕਰਕੇ ਸੋ ਮੈਂ ਐਸ ਜੀ ਪੀ ਸੀ ਨੂੰ ਵੀ ਕਹਿੰਦਾ ਕਿ ਬਣਾਉਣੇ ਤਾਂ ਤੁਸੀਂ ਸੀ ਕਾਲਜ ਇਹ ਅਤੇ ਸਾਨੂੰ ਬਣੇ ਬਣਾਇਆਂ ਨੂੰ ਵੀ ਰੋਕਦੇ ਹੋ ਅਤੇ ਵੈਸੇ ਤਾਂ ਢੀਂਡਸਾ ਸਾਹਿਬ ਕਹਿੰਦੇ ਨੇ ਮੈਂ ਅਸੂਲਾਂ ਕਰਕੇ ਅਲੱਗ ਹੋਇਆ ਅਕਾਲੀ ਦਲ ਤੋਂ ਇਹੋ ਜਿਹੇ ਮੌਕੇ 'ਤੇ ਅਸੂਲ ਇਕੱਠੇ ਹੋ ਗਏ ਫਿਰ ਇਕੱਠੇ ਨੇ ਹੁਣ ਇਕੱਠੇ ਨੇ ਸੁਖਬੀਰਵਾਲ ਜੀ ਇਹ ਨਾ ਕਹਿਣ ਅੱਜ ਡਿਬੇਟ ਦੇ ਵਿੱਚ ਜਾ ਕੇ ਜਾਂ ਉਹਨਾਂ ਦਾ ਕੋਈ ਜਿਹੜਾ ਕੋਈ ਭੇਜਦੇ ਨੇ ਉਹ ਆਪਣੇ ਕਿ ਨਹੀਂ ਜੀ ਇਹ ਤਾਂ ਧਾਰਮਿਕ ਸੰਸਥਾ ਸਾਡਾ ਕੋਈ ਲੈਣਾ ਦੇਣਾ ਨਹੀਂ ਸੁਖਬੀਰ ਬਾਦਲ ਮਹੀਨਾ ਡੇਢ ਮਹੀਨਾ ਪਹਿਲਾਂ ਕਿਵੇਂ ਭੱਜਿਆ ਫਿਰਦਾ ਸੀ ਐਸ ਜੀ ਪੀ ਸੀ ਵਾਸਤੇ ਸਾਰੀ ਰਾਜਨੀਤਿਕ ਤਾਕਤ ਝੋਂਕਤੀ ਸੀ ਐਸ ਜੀ ਪੀ ਸੀ ਵਾਸਤੇ ਅਤੇ ਜਦੋਂ ਵਾਰੀ ਆਉਂਦੀ ਹੈ ਵੀ ਐਂ ਉਦੋਂ ਕਹਿੰਦੇ ਧਾਰਮਿਕ ਸੰਸਥਾ ਅਤੇ ਜਦੋਂ ਪਰਿਵਾਰ 'ਤੇ ਕੋਈ ਸੰਕਟ ਆ ਜਾਂਦਾ ਉਦੋਂ ਕਹਿੰਦੇ ਅਸੀਂ ਧਾਰਮਿਕ ਹਾਂ ਅਸੀਂ ਵੀ ਵਿੱਚੀ ਹਾਂ ਅਕਾਲੀ ਦਲ ਤਾਂ ਬਚੂਗਾ ਜੇ ਸ਼੍ਰੋਮਣੀ ਕਮੇਟੀ ਬਚੂਗੀ ਸ਼੍ਰੋਮਣੀ ਕਮੇਟੀ ਤਾਂ ਬਚੂਗੀ ਜੇ ਅਕਾਲੀ ਦਲ ਬਚੂਗਾ ਅਤੇ ਹੁਣ ਜਵਾਬ ਦੇਣ ਇਹ ਕਿਉਂ ਨਹੀਂ ਬਣ ਦਿੱਤਾ ਇਹਨਾਂ ਨੇ ਕਾਲਜ ਇਹ ਕਾਲਜ ਤਾਂ ਬਣਾਊਂਗਾ ਮੈਂ ਇਹ ਫਿਕਰ ਨਾ ਕਰਨ ਲੋਕ ਇਸ ਗੱਲ ਦਾ ਕੋਈ ਫਿਕਰ ਨਾ ਕਰਨ ਪਤਾ ਨਹੀਂ ਕੀ ਹੋਜੂਗਾ ਕਾਲਜ ਬਣੂਗਾ ਸੰਗਰੂਰ ਦੇ ਆਲੇ ਦੁਆਲੇ ਬਣੂਗਾ ਮੈਂ ਕਿਤੋਂ 20 ਏਕੜ 25 ਏਕੜ ਮੈਨੂੰ ਕੋਈ ਹੋਰ ਦੇ ਦੂਗਾ ਮੈਂ ਕੋਈ ਇੱਥੇ ਕੋਈ ਮਾਫੀਆ ਨਹੀਂ ਪਾਲਣਾ ਵੀ ਇਹ ਮੇਰੀ ਜ਼ਮੀਨ ਹੈ ਜੇ ਮੇਰੇ ਚਾਚੇ ਦੀ ਜ਼ਮੀਨ ਹੈ ਜੇ ਮੈਂ ਪਹਿਲਾਂ ਖਰੀਦ ਕੇ ਦੇਤੀ ਜਿਵੇਂ ਇਹਨਾਂ ਨੇ ਕਹਿ ਕਰਦੇ ਹੁੰਦੇ ਸੀ ਮੈਨੂੰ ਤਾਂ 20-25 ਏਕੜ ਕਿਤੋਂ ਹੋਰ ਪੰਚਾਇਤ ਵੱਲੋਂ ਮਿਲ ਜੂਗੀ ਕਾਲਜ ਬਣੂਗਾ ਪਰ ਇਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਲੋਕ ਇਹਨਾਂ ਨੂੰ ਪੁੱਛਣ ਜਦੋਂ ਇਹ ਆਉਣਗੇ ਜਦੋਂ ਅਕਾਲੀ ਦਲ ਵਾਲੇ ਜਾਣਗੇ ਤੁਸੀਂ ਸੰਗਰੂਰ ਵਾਲਾ ਕਾਲਜ ਕਿਉਂ ਨਹੀਂ ਬਣ ਦਿੱਤਾ ਜਦਕਿ ਅਸੀਂ ਪੈਸੇ ਜਾਰੀ ਕਰ ਰਹੇ ਹਾਂ ਸਾਡੇ ਵੱਲੋਂ ਕੋਈ ਕਮੀ ਨਹੀਂ 1 ਮਾਰਚ ਨੂੰ ਪਹਿਲਾਂ ਸਮੈਸਟਰ ਚਲਾਉਣਾ ਸੀ ਇਸ ਤੋਂ ਬਾਅਦ ਅਸੀਂ ਹੁਸ਼ਿਆਰਪੁਰ ਦਾ ਅਤੇ ਕਪੂਰਥਲੇ ਦਾ ਕਾਲਜ ਦਾ ਉਦਘਾਟਨ ਕਰਤਾ ਉੱਥੇ ਨਕਸ਼ੇ ਪਾਸ ਹੋ ਗਏ ਸਭ ਕੁਛ ਹੋ ਗਿਆ ਕੰਮ ਚੱਲਣ ਲੱਗਿਆ ਕਿਉਂਕਿ ਉੱਥੇ ਇਹ ਨਹੀਂ ਹੈਗੇ ਵਿੱਚ ਸੋ ਇਹ ਸੰਗਰੂਰ ਜ਼ਿਲ੍ਹੇ ਦੇ ਮਾਨਸਾ ਦੇ ਬਰਨਾਲੇ ਦੇ ਧੂਰੀ ਮੇਰੇ ਕੋਲ ਆਲੇ ਦੁਆਲੇ ਦੇ ਕਿੰਨੇ ਲੱਖਾਂ ਲੋਕਾਂ ਨਾਲ ਇਹਨਾਂ ਨੇ ਧੋਖਾ ਕੀਤਾ ਇੱਥੇ ਕਿੰਨਾ ਇਨਡਾਇਰੈਕਟ ਅਤੇ ਡਾਇਰੈਕਟ ਰੁਜ਼ਗਾਰ ਮਿਲਣਾ ਸੀ ਪਰ ਨਹੀਂ ਧਰਨਾ ਦੇ ਅੱਗੇ ਰੱਖਿਆ ਲੋਕਾਂ ਨੇ ਹੁਣ ਵੀ ਚੱਲ ਰਿਹਾ ਜ਼ਮੀਨ ਕਹਿੰਦੇ ਸਾਡੀ ਬਾਬਾ ਜੀ ਕੋਲ ਜ਼ਮੀਨ ਦੇ ਕੁਛ ਕਾਗਜ਼ ਨੇ ਬਾਬਾ ਜੀ ਜ਼ਮੀਨ ਦਾ ਤੁਸੀਂ ਫਰਦ ਦਿਖਾਓ ਮਾਲਕ ਦੇ ਨਾਂ ਵੇਰਵੇ ਸਮੇਤ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਪੰਜਾਬ ਸਰਕਾਰ ਆ ਚੜ੍ਹ ਗਈ ਜੀ ਆ ਗੁਰਦੁਆਰਾ ਸਾਹਿਬ ਰਕਬਾ ਬਹਾਦਰਪੁਰ ਗੁਰਦੁਆਰਾ ਅੰਗੀਠਾ ਸਾਹਿਬ ਜੀ ਸੱਚਖੰਡ ਸਾਹਿਬ ਮਸਤੂਆਣਾ ਸਾਹਿਬ ਕਿਤੇ ਕੋਈ ਐਸ ਜੀ ਪੀ ਸੀ ਦਾ ਲੈਣਾ ਦੇਣਾ ਨਹੀਂ ਬਸ ਇਹੀ ਦਿੱਕਤ ਹੈ
कि इत्थे जे कॉलेज बन गया तो पिंडां दे लोक अपने धीआं पुत्तां नूं इत्थे पढ़ाउणगे, डाक्टर बनाउणगे, उन्हां नूं यूक्रेन जा किते होर धक्के खाण दी लोड़ नहीं पैणी। इह तां गलत गल हो जूगी। फिर मैं हजे भी यह कहना, परमिंदर ढींडसा जी, सुखदेव ढींडसा जी, सुखबीर बादल जी, जे तुहानूं इह चाह है कि नीह पत्थर ते तुहाडा नां नहीं लिखा जाणा, तुसीं आपदे नां लिख लो। मैनूं पत्थरां ते नां लिखाउण दा कोई शौक नहीं, पर कालेज बन लेना थोड़े नाम लिख दें हाँ, कि गल है, क्योंकि इन्होंने नाम लोगों ने लिखने बंद करते ना, ये उस गल का बदला लेंगे लोगों को। और हजार लोग ने काम छड़ के बैठे ठंड च, उन्होंने धियां पुत्तां नूं एडमिशन मिलनी है, असी इस एरिए का कोटा रखना, ये संगरूर जिले के इन्ने होणगे बच्चे, और दूरों दूरों डॉक्टर आने, और 240 का अस्पताल बनाना चाहते हैं। इन्ना सोहना नक्शा बनाया सी, देखा होना तुसीं। सो अज एस जी पी सी का चेहरा सामने आया, सुखबीर बादल का चेहरा सामने आया, तो ढींडसा परिवार की आपस के कम रोकने लिए बहुत कमाल की संधि इन्हों की सामने आई है। कट्ठे धरने से बहुत जी। सो साढ़े को कागज़ ने, जो मर्जी कागज़ ले लियो, साढ़े को अप्रूवलों ने गवर्नमेंट दिया। सब तो पहला मैं यही बनाना चाहता सी, क्योंकि इतों के लोगों ने पहला मैं पार्लीमेंट भेजा आ स्टे इन्हों की, बस वो तो स्टे तो ही अगली तरीक दे देंगे, अगली तरीक दे देंगे, अगली तरीक दे देंगे, करी जाते हैं। फिर तो समेस्टर का ही टाइम लंघ गया साढ़े। फिर दोबारा कहना 460 करोड़ का प्रोजेक्ट, जिस ज़्यादातर असं जारी कर चुके थे कि आप चला लेना है, क्योंकि इस इलाके मेडिकल कॉलेज की कमी है, दूरों दूरों डॉक्टर आने सी, इतने होस्टल बनने की अकोमोडेशन चाहिए सी, विद्यार्थी आने सी, किन्ने लोगों ने इतों इलाज करा के जाना सी मुफ्त विच, रिसर्च होनी सी, क्योंकि रिसर्च सेंटर भी नाल ही है, ते पर ये कहिंदे नहीं होण देना। इस करके तो फिर लोगों ने इन्हां नूं धरती दिखाई है, पर फिर भी कहिंदे जिथे जिथे साड़ी चलती है उत्थे उत्थे तो नहीं होण दिंदे। गलत गल है। इस वास्ते मैं लोगों की कचहरी से मामला लेके आना कि जो भी अकाली दल कित भी आए, कि भी कोई अकाली दल का नुमाइंदा थोड़े को आए, तो उन्होंने ये पूछ लेना कि संत अतर सिंह मेडिकल कॉलेज मस्तूण तुम क्यों नहीं बन देंगे, जबकि जमीन पर कित भी थोड़ा ना नहीं, कोई फर्द नहीं, कुछ नहीं। थानू की दिक्कत है कि पंजाब दे विच मेडिकल कॉलेज बन जाए? असं तो 16 मेडिकल कॉलेज बनाने ने, वो चो मलेरकोटला भी एक कम्यूनिटी कॉलेज है, कलानौर भी एक कम्यूनिटी कॉलेज है, सेंटर वालों सानू मदद आ रही है। मैं नहीं चाहता कि एक रुपया भी सेंटर वालों भी आवे तो पंजाब वास्ते तो वापस जाए। इस तो पहला हुंदा रहा 90 पैसे सेंटर पा रही है, 10 पैसे असी पाने ने, 10 पैसे पंजाब सरकार ने नहीं पाए, 90 पैसे वापस चले। असी कोई भी स्कीम इदां दी कोलैप्स नहीं होण दिंदे कि जी 56 पैसे पाने, वित्त मंत्री साहब बैठे ने। सो असी हुण तक बिजली दे बिल जिहड़े ने 87% लोगों फ्री करते, बिजली की पैदावार 83% बढ़ाती, 7 सालों तो बंद पई कोले की माइन चला ली, कोला आम हो गया, 21,000 तो वध नौकरियां दित्तियां, आने वाले दिनों च हज़ारों की गिणती च होर नियुक्ति पत्र वंडे जाणगे, मुहल्ला क्लीनिक 26 जनवरी 350 तो बाद मुहल्ला क्लीनिक 26 जनवरी 31 मार्च तक 700 के नेड़े तेड़े मुहल्ला क्लीनिक होर बन जाएंगे, पिंडां च भी, छाजली भी आऊ, महला चौंक भी आऊ, बड़े पिंडां च, ते नाल नाल स्कूलों का पेरेंट टीचर मीटिंग कराई। उस तो बाद हुण स्कूलों का काया पलट इस साल करांगे, ये साल असी एजुकेशन हैल्थ ते रोज़गार के नाल लावांगे। सो इस करके अज श्रोमणी गुरुद्वारा प्रबंधक कमेटी का, चलो श्रोमणी गुरुद्वारा आका ने उही नहीं चाहते कि इस तरह की कोई डिवेलपमेंट पंजाब च होवे, जिहड़ी आम घर के जम्मे हुए धियां पुत्तां दे नाल लग जाए। इस करके क्योंकि सरकार बहुत वधिया चल रही है, लोगों को फायदे पहुँचने शुरू हो गए साढ़े 9 महीनों के बीच,
रंगली पंजाब की झलक दिखनी शुरू होगी, 2023 च चमक दिखनी शुरू हो जाऊगी। तो फिर चाहे कोई जगराता हो, चाहे कोई अखंड पाठ साहब हो, चाहे कोई अखां का कैंप हो, चाहे पार्लीमेंट हो, चाहे कोई खूनदान कैंप हो, सारे जाने रल के मैनू गाला देने लग जाए। मैं की बिगाड़ता जी पंजाब का, हजे जिहड़े इन्हां दे मैं किस्से खोलन लगे हाँ, हजे तां कुछ भी नहीं हैगा। तुसीं देखो सी अगे हुंदा की है। हजे तां चन्नी साहब का सिर्फ चाह पानी का खर्चा ही देखा आपां, हजे हजे अगे देखो हुंदा की है। ठीक है ना, हजे तां चाहां कचोरियां थालियां दी रेट निकले ने, जिहड़े होर वड्डे वड्डे रेट ने उह वी निकलणगे। इस करके मैं बतौर मुख्यमंत्री पंजाबियों नाल वादा करदा, जिन्ना विश्वास उन्होंने मेरे ते कीता है, ये तो वध कुछ नहीं हो सकता। ये तो वध बंदे नूं कुछ नहीं चाहिए होंदा कि इन्ना प्यार लोगों का इस जन्म च मिल जाए। कई जन्म लग जाएंगे धन्यवाद करते करते, पर मैं विश्वास टुटन नहीं देना। एक रुपया भी जे पहला भी खाधा उहदा हिसाब लिया जाऊगा, उन्हूं खजाने च लिया जाऊगा, खजाने का मूँह पब्लिक वल खोले जाऊगा। ये अज मैं तुहाडे नाल गलबात करन आया। तो नवे साल दियां तुहानूं फिर एक बार बहुत बहुत मुबारकां का बनदे हो। सो मैं तो इन्हां वास्ते भी अरदास करदा कि अपना आत्म मंथन करो, क्यों लोगों ने थोनों अपने दिलों चो कढ़िया, क्यों लोगों ने थोनों कुर्सियों तो लाया। आत्म मंथन करो, ना कि किसी ते कोई आलोचना, किसी के बूट किन्ने देने, भगवंत मान तुरदा है क्यों है। सो इन कोई मुद्दा है नहीं हुण, सो ये बौखलाहट है। मैं भी जानदा क्योंकि मैं पिंडा चो आया हुआ, अज मैं सतौज पिंड मिट्टी नूं मत्था टेक के आया। मैनू भी पता है ये दीवा बुझण तो पहला फटफट फटफट करता हुंदा है। ये सारे हुण बुझदे दीवे ने सर चन्नी।